ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੀ YouTube ਚੈਨਲ ਕੁਕਿੰਗ ਵਿਦ ਗੁਰਸੀਰਤ ਚੀਮਾ 'ਤੇ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਚੀਜ਼ੀ ਗਾਰਲਿਕ ਸੈਂਡਵਿਚਸ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਇਹਦੇ ਵਿੱਚ ਕਿਹੜੇ ਕਿਹੜੇ ਇਨਗਰੀਡੀਅੰਟਸ ਯੂਜ਼ ਹੋਣ ਵਾਲੇ ਨੇ। ਇਹਦੇ ਵਿੱਚ ਕਾਫੀ ਘੱਟ ਇਨਗਰੀਡੀਅੰਟਸ ਯੂਜ਼ ਹੋਣਗੇ। ਸਭ ਤੋਂ ਪਹਿਲਾਂ ਸਾਡਾ ਪਨੀਰ ਹੈ, ਜੋ ਮੰਮਾ ਨੇ ਹੁਣੇ ਹੁਣੇ ਬਣਾਇਆ, ਘਰ ਦਾ ਪਨੀਰ ਹੈ। ਅਤੇ ਆ ਸਾਡੇ ਗਾਰਲਿਕ, ਆ ਸਵਾਦ ਅਨੁਸਾਰ ਅਸੀਂ ਨਮਕ ਲਿਆ, ਆ ਸਾਡੇ ਚਿੱਲੀ ਫਲੇਕਸ, ਆ ਸਾਡਾ ਔਰਗੈਨੋ ਸੀਜ਼ਨਿੰਗ, ਅਤੇ ਆ ਸਾਡਾ ਮੋਜ਼ਰੇਲਾ ਚੀਜ਼, ਅਤੇ ਆ ਸਾਡਾ ਦੇਸੀ ਘਿਓ, ਉਹ ਟੋਸਟਰ ਹੈ। ਅਤੇ ਹੁਣ ਅਸੀਂ ਸ਼ੁਰੂ ਕਰਨਾ ਆਪਣੀ ਰੈਸਿਪੀ। ਸਭ ਤੋਂ ਪਹਿਲਾਂ ਮੈਂ ਗਾਰਲਿਕ ਦਾ ਪੇਸਟ ਬਣਾਵਾਂਗੀ। ਇਹਨੂੰ ਅਸੀਂ ਮਿਕਸੀ ਦੇ ਛੋਟੇ ਜਾਰ 'ਚ ਪਾ ਲੈਣ ਲੱਗੇ ਹਾਂ। ਮਿਕਸੀ 'ਚ ਅਸੀਂ ਚੰਗੀ ਤਰ੍ਹਾਂ ਇਹਨੂੰ ਕਰ ਲਾਂਗੇ ਬਲੈਂਡ। ਸਾਡਾ ਪੇਸਟ ਵੇਖੇ ਹਾਂ ਰੈਡੀ ਹੋਇਆ ਕਿ ਨਹੀਂ। ਹਾਲੇ ਚੰਗੀ ਤਰ੍ਹਾਂ ਨਹੀਂ ਰੈਡੀ ਹੋਇਆ, ਇਹ ਥੋੜ੍ਹੇ ਥੋੜ੍ਹੇ ਰਹਿ ਗਏ ਨੇ ਪੀ। ਸਾਡਾ ਗਾਰਲਿਕ ਦਾ ਪੇਸਟ ਹੋ ਗਿਆ ਰੈਡੀ, ਹੁਣ ਮੰਮਾ ਨੂੰ ਬਾਹਰ ਕੱਢਦੇ ਨੇ। ਵਾਹ, ਚੰਗੀ ਤਰ੍ਹਾਂ ਹੋ ਗਿਆ ਰੇ ਪੇਸਟ ਰੈਡੀ। ਹੁਣ ਇਹਦੇ ਵਿੱਚ ਹੀ ਮੈਂ ਪਨੀਰ ਕਰ ਲਾਂਗੀ। ਵੀ ਪਨੀਰ ਨੂੰ ਹੀ ਅਸੀਂ ਇੱਦਾਂ ਹੀ ਬਲੈਂਡ ਕਰਨਾ, ਉਹ ਵੀ ਅਸੀਂ ਪੇਸਟ ਦੀ ਤਰ੍ਹਾਂ ਹੀ ਬਣਾਉਣਾ। ਹੁਣ ਮੈਂ ਪਨੀਰ ਦਾ ਪੇਸਟ ਬਣਾਵਾਂਗੀ। ਸਾਰਾ ਪਨੀਰ ਮੈਂ ਪਾ ਲਿਆ ਇਹਦੇ ਵਿੱਚ, ਫਿਰ ਸਾਰਾ ਮਟੀਰੀਅਲ ਮਿਕਸ ਕਰ ਦਾਂਗੀ। ਰੈਡੀ? ਯੈਸ। ਹੁਣ ਅਸੀਂ ਪਾਊਚ ਪਾ ਲਾਂਗੇ ਪਨੀਰ। ਦੇਖੋ ਇਦਾਂ ਪੇਸਟ ਬਣ ਗਿਆ। ਵਾਹ, ਇਹਨਾਂ ਕ੍ਰੀਮ ਕ੍ਰੀਮ ਕਿਹਾ ਵਾਂਗ। ਗਾਰਲਿਕ ਵਾਲਾ ਪੇਸਟ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰਾਂਗੇ। ਮਿਕਸਿੰਗ ਪਨੀਰ ਤੇ ਗਾਰਲਿਕ ਨੂੰ ਆਪਾਂ ਬਾਊਲ ਦੇ ਵਿੱਚ ਪਾ ਲਿਆ, ਤੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਵਾਂਗੀ ਨਮਕ, ਬਸ ਜ਼ਿਆਦਾ ਨਹੀਂ ਪਾਣਾ ਹੈਗਾ, ਥੋੜਾ ਜਿਹਾ ਹੀ। ਥੋੜੀ ਸੀ ਚਿੱਲੀ ਫਲੇਕਸ ਵੀ ਪਾਵਾਂਗੇ, ਜਿੰਨਾ ਥੋੜਾ ਸਪਾਈਸੀ ਤੇ ਚਟਪਟਾ ਜਿਹਾ ਹੋ ਜੇ। ਤੇ ਓਰੀਗੈਨੋ, ਬਸ ਇਹੀ ਸਮਾਨ ਇਹਦੇ ਵਿੱਚ ਪੈਣਾ। ਤੇ ਹੁਣ ਮੈਂ ਇਹਨੂੰ ਕਰ ਲੈਣਾ ਮਿਕਸ। ਫਰੈਂਡਸ, ਅਸੀਂ ਨਾ ਤੁਹਾਨੂੰ ਦੱਸਣਾ ਸੀ ਕਿ ਅਸੀਂ ਬ੍ਰੈਡਸ ਰੱਖਣਾ ਭੁੱਲ ਗਏ ਸਾਂ, ਬ੍ਰੈਡਸ ਫਰਿੱਜ ਵਿੱਚ ਹੀ ਰਹਿ ਗਏ ਸੀ, ਤੁਹਾਨੂੰ ਇੰਗਰੀਡੀਐਂਟਸ ਚਲੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਸੈਂਡਵਿਚਸ ਨੇ ਅਤੇ ਬ੍ਰੈਡ ਇਸ ਜ਼ਰੂਰੀ ਸਨ, ਅਸੀਂ ਬ੍ਰੈਡ ਵੀ ਹੁਣ ਕੱਢ ਲੈਣੇ ਫਰਿੱਜਰ ਵਿੱਚੋਂ, ਅਸੀਂ ਭੁੱਲ ਗਏ ਸਾਂ। ਹੁਣ ਮੈਂ ਇਹਨਾਂ ਦੀ ਫੀਲਿੰਗ ਕਰਾਂਗੀ। ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਸਿੰਪਲ ਰੈਸਪੀ ਹੈ, ਨਾ ਹੀ ਜ਼ਿਆਦਾ ਇਨਗਰੀਡੀਐਂਟਸ, ਅਤੇ ਟੇਸਟੀ ਵੀ ਬਹੁਤ ਜ਼ਿਆਦਾ ਬਣੇਗੀ। ਹੁਣ ਇਹਦੇ ਉੱਪਰ ਮੈਂ ਮੋਜ਼ਰੇਲਾ ਚੀਜ਼ ਪਾਵਾਂਗੀ। ਸਾਰਾ ਚੀਜ਼ੀ ਚੀਜ਼ੀ ਹੋ ਜਾਏਗਾ, ਮਜ਼ਾ ਆਏਗਾ। ਮੋਜ਼ਰੇਲਾ ਚੀਜ਼ ਦਾ ਵੀ ਆਪਣਾ ਵੱਖਰਾ ਟੇਸਟ ਹੈ। ਇੱਦਾਂ ਮੈਂ ਦੂਸਰਾ ਸੈਂਡਵਿਚ ਵੀ ਰੈਡੀ ਕਰ ਲੈਂਦੀ ਹਾਂ। ਫਰੈਂਡਸ, ਤੁਹਾਨੂੰ ਇੱਕ ਗੱਲ ਦੱਸਾਂ, ਮੈਨੂੰ ਚੀਜ਼ ਸਭ ਤੋਂ ਟੇਸਟੀ ਲੱਗਦਾ ਹੈ, ਚੀਜ਼ ਐਂਡ ਚਿੱਲੀ ਮੈਨੂੰ ਸਭ ਤੋਂ ਪਸੰਦ ਹੈ। ਫਰੈਂਡਸ, ਸਾਡਾ ਟੋਸਟਰ ਵੀ ਗਰਮ ਹੋ ਚੁੱਕਿਆ ਹੈ, ਹੁਣ ਇਹਦੇ ਵਿੱਚ ਆਪਾਂ ਦੇਸੀ ਘਿਓ ਲਾ ਲਵਾਂਗੇ। ਦੇਸੀ ਘਿਓ ਬਹੁਤ ਪਸੰਦ ਹੈ। ਫਿਰ ਮੈਂ ਰੱਖਾਂਗੀ ਇਹਦੇ ਵਿੱਚ ਆਪਣੇ ਸੈਂਡਵਿਚ, ਜੋ ਕਿ ਚੀਜ਼ ਨਾਲ ਫਰਿੱਜੇ ਪਏ ਨੇ, ਤਾਂ ਉੱਪਰ ਵੀ ਥੋੜ੍ਹਾ ਥੋੜ੍ਹਾ ਲਗਾ ਦਿਓ। ਹਾਂਜੀ, ਜਾਂ ਕਰੰਚੀ ਕਰੰਚੀ ਐਂਡ ਟੇਸਟੀ ਟੇਸਟੀ ਹੋਣ। ਬੰਦ ਕਰ ਦਿੰਦੇ ਹਾਂ, ਬੰਦ ਕਰ ਦਿੰਦੇ ਅਤੇ ਮੈਂ ਹੁਣ ਬਾਕੀ ਦੇ ਸੈਂਡਵਿਚ ਵੀ ਇੱਦਾਂ ਹੀ ਰੈਡੀ ਕਰ ਲੈਂਦੀ ਹਾਂ। ਟੋਸਟਰ ਦੀ ਲਾਈਟ ਬੰਦ ਹੋ ਚੁੱਕੀ, ਆਪਾਂ ਚੈੱਕ ਕਰਨੇ ਆ। ਰੈਡੀ ਹੋ ਚੁੱਕੇ ਨੇ, ਵੇਖੋ ਗਾਇਸ, ਸੈਂਡਵਿਚ ਪੂਰੇ ਕ੍ਰੀਮੀ ਲੱਗਣ ਦੇ ਨੇ, ਚੀਜ਼ੀ ਚੀਜ਼ੀ। ਹੁਣ ਮੈਂ ਇਹਨਾਂ ਨੂੰ ਸਰਵ ਕਰਾਂਗੀ, ਬਟ ਪਹਿਲਾਂ ਮੈਂ ਦੂਸਰੇ ਪੀਸ ਵੀ ਰੱਖਦਾ, ਕਿਉਂਕਿ ਟੋਸਟਰ ਗਰਮ ਹੈ, ਨਾਲ ਦੀ ਨਾਲ ਬਾਕੀ ਵੀ ਰੈਡੀ ਹੁੰਦੇ ਜਾਣਗੇ।
ਬਿਲਕੁਲ ਈਜ਼ੀ ਤੇ ਡਿਲੀਸ਼ੀਅਸ ਰੈਸਿਪੀ ਤੁਹਾਡੇ ਬੱਚਿਆਂ ਨੂੰ ਬਹੁਤ ਪਸੰਦ ਆਏਗੀ ਸਾਰੀ ਫੈਮਿਲੀ ਨੂੰ ਬਹੁਤ ਪਸੰਦ ਆਏਗੀ ਵਾਹ ਬਰਮ ਬਹੁਤ ਹੈ ਤੇ ਚੀਜ਼ ਤੁਸੀਂ ਦੇਖ ਰਹੇ ਹੋ ਫਰੈਂਡਸ ਵੇਖੋ ਓ ਮਾਈ ਗੋਡ ਐਡਵਰਟਾਈਜ਼ਮੈਂਟ ਵਾਂਗੂ ਲੱਗਣ ਦੇ ਆ ਮੇਰੇ ਹੱਥਾਂ ਨੂੰ ਵੀ ਲੱਗ ਗਿਆ ਗਰਮ ਗਰਮ ਬਹੁਤ ਹੈ ਮਜ਼ਾ ਆਏਗਾ ਖਾਣ ਨੂੰ ਫਰੈਂਡਸ ਤੁਸੀਂ ਆਪਣੀ ਫੈਮਿਲੀ ਐਂਡ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਖਵਾਇਓ ਬਹੁਤ ਟੇਸਟੀ ਲੱਗਦੇ ਪਏ ਨੇ ਮੇਰੇ ਮੂੰਹ 'ਚ ਪਾਣੀ ਆ ਗਿਆ ਹੁਣ ਮੈਂ ਸੌਸ ਦੇ ਨਾਲ ਸਰਵ ਕਰਾਂਗੀ ਸਵਾਦ ਲੱਗਦੇ ਮੇਰੇ ਪੂਰੇ ਟੇਸਟੀ ਤੁਸੀਂ ਚਾਹੋ ਤਾਂ ਨਾਲ ਮਿਓਨੀਜ਼ ਵੀ ਲੈ ਸਕਦੇ ਹੋ ਮਿਓਨੀਜ਼ ਦੇ ਨਾਲ ਸੌਸ ਨੂੰ ਮਿਕਸ ਕਰਕੇ ਟਮੈਟੋ ਕੈਚਪ ਨੂੰ ਉਸਦੇ ਨਾਲ ਵੀ ਸਰਵ ਕਰ ਸਕਦੇ ਹੋ ਦੇਖੋ ਸਾਡੀ ਰੈਸਪੀ ਹੋ ਗਈ ਰੈਡੀ ਰੈਡੀ ਅੱਛੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਐਂਡ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੁਹਾਡੇ ਕੀ ਰਿਵਿਊਜ਼ ਹਨ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਵਾਹ ਐਡਵਰਟਾਈਜ਼ਮੈਂਟ ਵਾਂਗੂ ਲੱਗਣ ਦੇ ਪੂਰਾ ਫੁੱਲ ਚੀਜ਼ ਹੀ ਹੈ ਫਰੈਂਡਸ ਟੇਸਟੀ ਬਹੁਤ ਜ਼ਿਆਦਾ ਹੈ ਟੇਸਟ ਵੀ ਬਹੁਤ ਵਧੀਆ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਰੈਸਪੀ ਬਿਲਕੁਲ ਸਿੰਪਲ ਐਂਡ ਈਜ਼ੀ ਰੈਸਪੀ ਫਰੈਂਡਸ ਤੁਸੀਂ ਆਪਣਾ ਫੀਡਬੈਕ ਕਮੈਂਟਸ ਵਿੱਚ ਜ਼ਰੂਰ ਦਿਓ ਐਂਡ ਸਾਡੇ ਕੁਕਿੰਗ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਨੂੰ ਵੀ ਟਨ ਟਨ ਕਰ ਦਿਓ ਜਿਸ ਨਾਲ ਨਿਊ ਨਿਊ ਰੈਸਪੀਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਦੈਟਸ ਫੋਰ ਟੂਡੇ ਬਾਏ